ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਥੇ ਮੈਂ ਅੱਜ ਇੱਕ ਸਟੂਡੈਂਟ ਨਾਲ ਜਾਣ ਪਹਿਚਾਣ ਕਰਵਾਉਣ ਜਾ ਰਿਹਾ ਹਾਂ ਜਿਨ੍ਹਾਂ ਦਾ ਨਾਮ ਅਭਿਜੋਤ ਸਿੰਘ ਹੈ। ਇਹ ਜੈਤੋ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੇ ਮਿਹਨਤ ਨਾਲ ਸਾਡੇ ਕੋਲ 3 ਮਹੀਨੇ ਦੀ ਕੋਚਿੰਗ ਤੋਂ ਬਾਅਦ 6 ਈਚ ਬੈਂਡ ਲਿੱਤੇ ਹਨ ਅਤੇ ਓਵਰਆਲ ਵੀ 6 ਬੈਂਡ ਹਨ। ਇੱਕ ਮੈਂ ਗੱਲ ਇਹ ਕਹਿਣਾ ਚਾਹੂੰਗਾ ਕਿ ਅਸੀਂ ਇਸ ਵੀਡੀਓ ਦੇ ਰਾਹੀਂ ਕੋਈ ਮਸ਼ਹੂਰੀ ਨਹੀਂ ਕਰਨਾ ਚਾਹੁੰਦੇ ਆਪਦੀ, ਨਾ ਸਾਨੂੰ ਇਹ ਹੈ ਕਿ ਅਸੀਂ ਆਪਦੇ ਵੱਲ ਸਟੂਡੈਂਟਸ ਖਿੱਚੀਏ। ਮੈਂ ਸਿਰਫ ਇੱਕ ਤੁਹਾਨੂੰ ਸਟਰਗਲ ਵਿਖਾਉਣਾ ਚਾਹੁੰਦਾ ਕਿ ਬੱਚਿਆਂ ਨੂੰ ਕਿਵੇਂ ਗਲਤ ਗਾਈਡ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਗਲਤ ਗਾਈਡੈਂਸ ਨਾਲ ਕਿਵੇਂ ਪੈਸਾ ਖਰਾਬ ਹੁੰਦਾ ਅਤੇ ਪੈਸੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਚੀਜ਼ ਇਹਨਾਂ ਦਾ ਕੀਮਤੀ ਸਮੇਂ ਖਰਾਬ ਹੁੰਦਾ ਹੈ। ਹੁਣ ਇਹਨਾਂ ਦੀ ਜ਼ੁਬਾਨੀ, ਇਹਨਾਂ ਦਾ ਤਜਰਬਾ ਸਾਡੇ ਆਇਲਸ ਹੈਲਪਲਾਈਨ ਇੰਸਟੀਚਿਊਟ ਦੇ ਨਾਲ ਕੀ ਹੈ ਉਹ ਅਸੀਂ ਸੁਣਾਂਗੇ। ਹਾਂਜੀ ਅਭਿਜੋਤ, ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਹਨਾਂ ਦੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਮੇਰੇ 6 ਬੈਂਡ ਦੇ ਅਚੀਵਰ ਦੇ ਵਿੱਚ, ਅਤੇ ਮੈਂ 6 ਬੈਂਡ ਅਚੀਵ ਕਰਕੇ ਬਹੁਤ ਖੁਸ਼ ਹਾਂ ਅਤੇ ਮੇਰੇ ਸਾਰੇ ਮੋਡਿਊਲ ਦੇ ਵਿੱਚੋਂ 6 ਬੈਂਡ ਹੈ। ਠੀਕ ਹੈ ਅਭਿਜੋਤ, ਇੱਕ ਗੱਲ ਹੋਰ ਤੁਸੀਂ ਸਾਰਿਆਂ ਨੂੰ ਦੱਸੋ ਆਪਣੇ ਵਿਊਅਰਸ ਨੂੰ ਕਿ ਤੁਸੀਂ ਸਾਡੇ ਤੋਂ ਸਾਡੇ ਕੋਲ ਆਉਣ ਤੋਂ ਪਹਿਲਾਂ ਕਿੰਨੇ ਇੰਸਟੀਚਿਊਟ ਦੇ ਵਿੱਚ ਤਿਆਰੀ ਕੀਤੀ ਅਤੇ ਤੁਸੀਂ ਉੱਥੇ ਕਿੰਨੀ ਫੀਸ ਦਿੰਦੇ ਰਹੇ ਅਤੇ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਆਇਲਸ ਆਪਦੀ ਕੰਪਲੀਟ ਕਰਦੇ ਅਤੇ ਇਸ ਕੋਰਸ ਲੈਣ ਲੱਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਕਈ ਮਸ਼ਹੂਰ ਇੰਸਟੀਚਿਊਟਾਂ ਵਿੱਚ ਪੜ੍ਹਿਆ ਹਾਂ ਪਰ ਮੈਨੂੰ ਉੱਥੇ ਸਹੀ ਗਾਈਡੈਂਸ ਨਹੀਂ ਕੀਤਾ ਗਿਆ, ਪਰ ਮੈਂ ਜਦ ਸਰ ਕੋਲ ਪੜ੍ਹਿਆ ਇੱਥੇ ਮੈਨੂੰ ਵਧੀਆ ਗਾਈਡੈਂਸ ਕੀਤਾ ਗਿਆ ਅਤੇ ਮੈਂ ਕਾਫੀ ਜ਼ਿਆਦਾ ਫੀਸ ਪਹਿਲਾਂ ਭਰਦਾ ਰਿਹਾ ਕਾਫੀ ਇੰਸਟੀਚਿਊਟ 'ਚ ਅਤੇ ਮੈਨੂੰ 1 ਸਾਲ ਹੋ ਗਿਆ ਆਇਲਸ ਕਰਦੇ ਹੋਏ ਅਤੇ 1 ਸਾਲ ਤੋਂ ਬਾਅਦ ਮੈਂ ਉਹਦੇ ਬੈਂਡ ਅਚੀਵ ਕਰ ਲਏ ਨੇ ਸਰ ਕੋਲ ਪੜ੍ਹ ਕੇ ਅਤੇ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਪਰ ਇੱਕ ਵਾਰ ਮੈਂ ਜ਼ਿੰਦਗੀ 'ਚ ਮੈਂ ਟੁੱਟ ਗਿਆ ਸੀ ਕਿ ਮੇਰੇ ਬੈਂਡ ਨਹੀਂ ਆਉਂਗੇ ਕਿਉਂਕਿ ਮੈਂ ਜਦ ਵੀ ਪੜ੍ਹਦਾ ਸੀਗਾ ਹੋਰ ਇੰਸਟੀਚਿਊਟਾਂ ਵਿੱਚ ਮੇਰੇ 5.5 ਜਾਂ 5 ਬੈਂਡ ਰਹਿ ਜਾਂਦੇ ਸੀ ਸਨ, ਪਰ ਸਾਧ ਦੀ ਮਦਦ ਦੇ ਨਾਲ ਮੇਰੇ ਬੈਂਡ ਵਧੀਆ ਆ ਗਏ ਹਨ। ਸ਼ੁਕਰੀਆ। ਇੱਕ ਮੈਂ ਲਾਸਟ 'ਤੇ ਗੱਲ ਇਹ ਕਹਿਣੀ ਚਾਹੂੰਗਾ ਕਿ ਜਦੋਂ ਵੀ ਸਾਡੇ ਕੋਲ ਸਟੂਡੈਂਟਸ ਆਉਂਦੇ ਹਨ ਜਾਂ ਕਿਸੇ ਵੀ ਇੰਸਟੀਚਿਊਟ ਵਿੱਚ ਸਟੂਡੈਂਟ ਜਾਂਦੇ ਹਨ, ਸਟੂਡੈਂਟਸ ਇੱਕ ਗੋਲ ਲੈ ਕੇ ਜਾਣਾ ਚਾਹੀਦਾ। ਜਿਵੇਂ ਕਿ ਇਹ ਸਾਡੇ ਕੋਲ ਆਏ, ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਕਿ ਅਭਿਜੋਤ ਜੇ ਤੁਸੀਂ ਪੜ੍ਹਨਾ, ਜੇ ਤੁਸੀਂ ਬੈਂਡਸ ਹਾਸਲ ਕਰਨੇ ਆ ਤਾਂ ਤੁਹਾਡਾ ਸਿਰਫ 1 ਗੋਲ ਹੋਣਾ ਚਾਹੀਦਾ ਅਤੇ ਉਹ ਇਹ ਗੋਲ ਹੋਣਾ ਚਾਹੀਦਾ ਕਿ ਮੈਂ ਆਇਲਸ ਕਲੀਅਰ ਕਰਨੀ ਹੈ ਵਿਦ 6 ਈਚ ਐਂਡ ਓਵਰਆਲ ਜਿੰਨੇ ਮਰਜ਼ੀ ਆ ਜਾਣ। ਅਤੇ ਇਹਨਾਂ ਦਾ ਫੋਕਸ ਵੀ ਉਹ ਸੀ ਕਿਉਂਕਿ ਆਪਾਂ ਦੇਖਦੇ ਹਾਂ ਸਟੂਡੈਂਟਸ ਆਉਂਦੇ ਆ ਉਹ ਕਹਿੰਦੇ ਆ ਕਿ ਚਲੋ ਪੇਪਰ ਦੇ ਕੇ ਦੇਖ ਲੈਂਦੇ ਹਾਂ, ਜੇ ਕਲੀਅਰ ਹੋ ਗਿਆ ਠੀਕ ਹੈ, ਜੇ ਨਾ ਕਲੀਅਰ ਹੋਇਆ ਕੋਈ ਗੱਲ ਨਹੀਂ, ਘਰ 'ਤੇ ਫਿਰ ਫੀਸ ਭਰ ਦੇਣਗੇ। ਬਟ ਜਿਹੜੀ ਇਹ ਚੀਜ਼ ਹੈਗੀ ਹੈ ਆਪਾਂ ਨੂੰ ਫੋਕਸ ਕਲੀਅਰ ਕਰਨਾ ਚਾਹੀਦਾ। ਪਹਿਲੀ ਗੱਲ ਇਹਨਾਂ ਦਾ ਗੋਲ ਕਲੀਅਰ ਸੀਗਾ, ਦੂਜੀ ਗੱਲ ਸਾਡੇ ਇਹ ਕਹੇ ਮੁਤਾਬਕ ਚੱਲੇ, ਜੋ ਅਸੀਂ ਚੇਂਜਿਸ ਕਹੇ ਇਹਨਾਂ ਨੂੰ ਪੈਟਰਨ ਦੇ ਵਿੱਚ, ਰੀਡਿੰਗ 'ਚ, ਰਾਈਟਿੰਗ 'ਚ, ਉਹ ਚੇਂਜਿਸ ਇਹਨਾਂ ਨੇ ਅਪਲਾਈ ਕੀਤੇ ਅਤੇ ਇਹਨਾਂ ਨੇ ਹੁਣ ਆਪਦੇ ਵਧੀਆ ਬੈਂਡ ਸਕੋਰ ਹਾਸਲ ਕੀਤੇ ਹੈ ਅਤੇ ਆਹ ਇਹਨਾਂ ਦਾ ਮੈਂ TRF ਇਹਨਾਂ ਨੂੰ ਦੇਣਾ ਚਾਹੂੰਗਾ ਅਤੇ ਮੈਂ ਇਹਨਾਂ ਦੀ ਅਗਲੀ ਜ਼ਿੰਦਗੀ ਵਾਸਤੇ ਇਹਨਾਂ ਨੂੰ ਵੈਲ ਵਿਸ਼ਿਸ ਦੇਵਾਂਗਾ।